ਹਰੀ ਮਿਰਚ, ਸਾਰੀ ਮਿਰਚੇ ਪਾ ਦੂੰਗਾ ਮੈਂ ਜੇ ਤੁਸੀਂ ਹੁਣ ਸੱਪ ਸੁੱਪ ਖਾਧਾ ਤੇ। ਹੇ ਗਾਇਸ, ਵਟਸਅਪ, ਵੈਲਕਮ ਟੂ ਸ਼ਾਹ ਜੀ ਵਲੌਗਸ। ਅਤੇ ਕਿੱਦਾਂ ਹੋ ਸਾਰੇ? ਮੈਂ ਉਮੀਦ ਕਰਾਂਗਾ ਤੁਸੀਂ ਸਾਰੇ ਵਧੀਆ ਹੋਵੋਗੇ, ਸਭ ਦੇ ਦਿਨ ਬਹੁਤ ਵਧੀਆ ਜਾ ਰਹੇ ਹੋਣਗੇ। ਸਾਡੇ ਸਭ ਵਾਸਤੇ ਖੁਸ਼ਖਬਰੀ ਹੈ, ਤੁਹਾਨੂੰ ਪਤਾ ਤਾਂ ਚੱਲ ਗਈ ਹੋਏਗੀ, ਇਹ ਵਲੌਗ ਅਗਲੇ ਦਿਨ ਆ ਰਿਹਾ। ਮੋਦੀ ਜੀ ਨੇ ਲੋਕਡਾਊਨ ਫਿਰ ਵਧਾ ਤਾ, ਮੇਰੇ ਬਟਨ ਆਉਣ ਵਾਲੇ ਸਪਨੇ ਚੂਰ ਚੂਰ ਕਰ ਦੀਏ ਮੋਦੀ ਜੀ ਨੇ। ਬਟ ਕੋਈ ਨਾ, ਬਟਨ ਆਉਣ ਛੱਡੋ, ਐਲੋਵੀਰਾ ਖਾਓ। ਅਤੇ ਲੋਕ ਮੈਨੂੰ ਪੁੱਛਦੇ ਨੇ ਵਟ ਇਜ਼ ਰਾਜ਼ ਔਫ ਯੋਰ ਬੈਟਰ ਸਕਿਨ, ਗਲੋਇੰਗ ਸਕਿਨ। ਸੋ ਮੈਂ ਆਪਕੋ ਇੱਕ ਚੀਜ਼ ਬਤਾਤਾ ਹੂੰ ਕਿ ਆਪ ਕਿਆ ਕਰ ਸਕਦੇ ਹੋ। ਸਵੇਰੇ ਉੱਠੋ, ਐਲੋਵੀਰਾ ਖਾਓ, ਐਵੇਂ ਹੀ ਕੱਚਾ ਖਾ ਜਾਓ, ਅਤੇ ਲਗਾ ਵੀ ਸਕਦੇ ਹੋ ਤੁਸੀਂ, ਅਤੇ ਖਾ ਵੀ ਸਕਦੇ ਹੋ। ਤੋ ਇਹਨੂੰ ਖਾ ਲਓ ਸਵੇਰੇ ਸਵੇਰੇ ਉੱਠ ਕੇ, ਅਤੇ ਦਿਸ ਇਜ਼ ਮੱਚ ਬੈਟਰ ਥਿੰਗ ਫੋਰ ਯੋਰ ਗਲੋਇੰਗ ਸਕਿਨ। ਸੋ ਮੈਂ ਵੀ ਇਹ ਖਾਂਦਾ ਸਵੇਰੇ ਸਵੇਰੇ, ਬਟ ਦੇਖ ਕੇ ਕੜਵਾ ਬੜਾ ਹੋਤਾ। ਨੀਮ ਵੀ ਖਾ ਸਕਦੇ ਹੋ ਕੜਵੇ ਸੇ, ਨਾ ਮੈਨੂੰ ਇੱਕ ਬਾਤ ਯਾਦ ਆ ਗਈ, ਸਕੂਲ ਮੈਂ ਕਹਿਤੇ ਤੇ ਮੈਂ ਵਲੌਗ ਮੈਂ ਬੋਲ ਨਹੀਂ ਸਕਦਾ, ਬਟ ਜੋ ਜੋ ਸਮਝ ਗਿਆ ਉਹ ਕਮੈਂਟ ਨੂੰ ਬਤਾਨਾ। ਇੱਕ ਚੀਜ਼ ਬਤਾਓ, ਜੋ ਆਪਕੀ ਗਲੋਇੰਗ ਸਕਿਨ ਹੋਤੀ ਨਾ, ਉਹ ਹਰ ਬਾਰ ਫੇਸ ਪੈਕੋ ਪੇ ਡਿਪੈਂਡ ਨਹੀਂ ਕਰਦੀ ਕਿ ਆਪ ਆਪਣੇ ਸ਼ਕਲ ਪੇ ਫੇਸ ਪੈਕ ਲਗਾ ਰਹੇ ਹੋ ਨਹੀਂ ਲਗਾ ਰਹੇ, ਉਹ ਆਪਕੇ ਫੂਡ ਪੇ ਵੀ ਡਿਪੈਂਡ ਕਰਦੀ ਹੈ। ਆਪ ਕੈਸਾ ਫੂਡ ਖਾ ਰਹੇ ਹੋ, ਹੈਲਦੀ ਖਾ ਰਹੇ ਹੋ ਨਹੀਂ ਖਾ ਰਹੇ, ਪਾਣੀ ਪੀ ਰਹੇ ਹੋ ਨਹੀਂ ਪੀ ਰਹੇ, ਤਾਂ ਫੇਸ ਪੈਕ ਇਜ਼ ਨੋਟ ਐਵਰੀਥਿੰਗ। ਤੋ ਆਜ ਹਮਾਰੇ ਘਰ ਪੇ ਸੁਬਹ ਸੁਬਹ ਬਣ ਰਹੇ ਹੈ ਆਲੂ ਦੇ ਪਰਾਂਠੇ, ਜੋ ਹਰ ਪੰਜਾਬੀਓ ਕਾ ਰਿਚੁਅਲਸ ਹੋਤਾ ਹੈ ਕਿ ਸਵੇਰੇ ਸਵੇਰੇ ਉੱਠ ਕੇ ਪਰਾਂਠੇ ਖਾਣੇ ਹੀ ਖਾਣੇ, ਅਤੇ ਸਾਡਾ ਵੀ ਉਹੀ ਰਿਚੁਅਲ ਹੈ। ਆਪਾਂ ਕਿਹੜੇ ਪੰਜਾਬੀ ਨਹੀਂ ਹੈਗੇ, ਆਪਾਂ ਵੀ ਸਵੇਰੇ ਸਵੇਰੇ ਉੱਠ ਕੇ ਪਰਾਂਠੇ, ਦਹੀਂ, ਅਤੇ ਆਏ ਹਾਏ ਮੰਮੀ ਨੇ ਮੱਖਣ ਨਿਕਾਲਿਆ, ਤਾਜ਼ਾ ਤਾਜ਼ਾ ਮੱਖਣ, ਓਹੋ ਕਿਆ ਬਾਤ ਹੈ। ਅਤੇ ਇਹ ਸਾਡੇ ਆਲੂ ਪਏ ਨੇ ਛੋਟੇ ਛੋਟੇ ਪੋਲੇ ਪੋਲੇ ਆਲੂ, ਐਸਾ ਲੱਗ ਰਿਹਾ ਹਮਨੇ ਬੜੇ ਦਿਨੋਂ ਸੇ ਬਾਹਰ ਕਾ ਨਹੀਂ ਖਾਇਆ ਨਾ, ਤੋ ਚਾਹੇ ਵਰਕਆਊਟ ਤੋਂ ਚੱਲ ਨਹੀਂ ਰਿਹਾ, ਬਟ ਪਤਲੇ ਲੱਗ ਰਹੇ ਹੈ, ਲੱਗ ਰਿਹਾ ਬਾਡੀ ਵੇਟ ਥੋੜ੍ਹਾ ਸਾ ਡਾਊਨ ਹੋ ਗਿਆ ਹੈ, ਕਿਉਂਕਿ ਬਾਹਰ ਕਾ ਗੰਦ ਬਲਾ ਤੋਂ ਅਸੀਂ ਖਾ ਨਹੀਂ ਰਹੇ, ਘਰ ਦਾ ਹੀ ਖਾ ਰਹੇ ਹਾਂ, ਚਾਹੇ ਆਪਾਂ ਚਿਕਨ ਖਾ ਰਹੇ ਹਾਂ, ਚਾਹੇ ਆਲੂ ਦੇ ਪਰਾਂਠੇ ਖਾ ਰਹੇ ਹਾਂ, ਕੁਛ ਵੀ ਖਾ ਰਹੇ ਹਾਂ। ਮੈਂ ਤਾਂ ਇਹ ਸੋਚ ਰਿਹਾ ਹਾਂ ਕੈਨੇਡਾ, ਆਸਟ੍ਰੇਲੀਆ ਵਾਲੇ, ਮਤਲਬ ਜੋ ਵੀ ਬਾਹਰ ਇੰਟਰਨੈਸ਼ਨਲ ਸਟੂਡੈਂਟ ਜਾਂ ਜੋ ਵਿਦੇਸ਼ ਰਹਿੰਦੇ, ਉਹ ਰੋਜ਼ ਮੇਰੇ ਕੋ ਕਿਤਨੀ ਗਾਲੀਆਂ ਨਿਕਾਲਦੇ ਹੋਣਗੇ, ਕਿਉਂਕਿ ਹਮ ਘਰ ਬੈਠੇ ਹੈ, ਰੋਜ਼ ਹਮ ਕੋਈ ਨਾ ਕੋਈ ਨਈ ਚੀਜ਼ਾਂ ਬਣਾ ਰਹੇ, ਰਸਗੁੱਲੇ, ਆਲੂ ਪਰਾਂਠੇ, ਚਿਕਨ, ਫੂਡ ਵਲੌਗਿੰਗ ਚੱਲ ਰਹੀ ਹੈ ਪੂਰੀ, ਤੁਹਾਡੇ ਮੂੰਹ 'ਚ ਪਾਣੀ ਤਾਂ ਆਉਂਦਾ ਹੀ ਹੋਊਗਾ ਨਾ, ਫਿਰ ਪਾਣੀ ਆਉਂਦੇ ਫਿਰ ਗਾਲੀਆਂ ਵੀ ਪੂਰੀ ਨਿਕਾਲਦੇ ਹੋ ਗਏ ਤੁਸੀਂ ਮੈਨੂੰ, ਹੁਣ ਮੈਂ ਕੀ ਕਰਾਂ ਯਾਰ, ਹੁਣ ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਵੀ ਮਰੇ। ਅਤੇ ਇਹ ਸਾਡੇ ਆਲੂ ਦੇ ਪਰਾਂਠੇ, ਦਹੀਂ ਅਤੇ ਵਿਦ ਵਾਈਟ ਮੱਖਣ, ਵਾਈਟ ਮੱਖਣ ਕਰਕੇ ਫੇਸ 'ਤੇ ਗਲੋ ਆਉਂਦਾ ਅੱਜ ਕੱਲ੍ਹ। ਵਲੌਗ ਸ਼ੁਰੂ ਮੈਂ ਹੀ ਮੈਂ ਅੱਜ ਆਪਕੋ ਸਾਰੀ ਗਲੋਇੰਗ ਟਿਪਸ ਦੇ ਦੀ, ਵਾਹ ਕਿਆ ਬਾਤ ਹੈ। ਹਾਂ ਮੈਂ ਸੋਚ ਰਿਹਾ ਹੂੰ ਆਉਣਾ, ਮੇਰੇ ਪਾਸ PS3 ਹੈ, ਤੋ ਮੇਰੀ ਮੈਨੇ ਸਰ ਦੇਖਿਆ ਸਾਰੇ GTA ਖੇਲ ਰਹੇ, ਮੈਂ ਮੇਰੇ ਕੋਲ ਆਤੀ ਨਹੀਂ ਖੇਲਣੀ, ਤੋ ਮੇਰੇ ਕੋਲ ਇਹ ਚੈੱਕ ਕਰਨਾ ਕਿ ਮੇਰੇ ਪਾਸ GTA ਕੌਨ ਸੀ ਹੈ, 5 ਤੋਂ ਨਹੀਂ ਹੋਗੀ ਮੇਰੇ ਕੋਲ, ਚੈੱਕ ਕਰਦੇ ਹਾਂ ਵੀ ਕੌਨ ਸੀ ਹੈ, ਫਿਰ PS4 3 ਮੈਂ ਕਨੈਕਟ ਕਰਕੇ ਦੇਖਦੇ ਕਿ ਹਾਊਸ ਇਟ ਵਰਕਸ ਐਂਡ ਕਿੱਦਾਂ ਲੱਗਦੀ ਹੈ ਗੇਮ, ਕਿਉਂਕਿ ਸਭ ਨੇ ਚਲਾ ਲਿਆ। ਮੈਂ ਨਾ PUBG ਖੇਲਦਾ ਹੂੰ, ਨਾ ਲੂਡੋ ਖੇਲਦਾ ਹੂੰ, ਮੇਰੇ ਕੋਲ ਨਾ ਗੇਮੋ ਕਾ ਸ਼ੌਂਕ ਨਹੀਂ ਹੈ, ਆਪਾਂ ਫੋਨ 'ਚ ਗੇਮ ਨਹੀਂ ਖੇਡਦੇ, ਆਪਾਂ ਰੀਅਲ ਲਾਈਫ 'ਚ ਗੇਮ ਪਾਉਂਦੇ ਹਾਂ, ਚਲੋ ਦੇਖਦੇ ਹਾਂ ਕਿਆ ਕੀਤੇ ਹੈ। ਮੁਝੇ ਸਮਝ ਨਹੀਂ ਆ ਰਿਹਾ ਦੁਨੀਆ ਮੈਂ ਚੱਲ ਕਿਆ ਰਿਹਾ, ਮੈਂ ਲੋਕੋ ਕੋ ਦੋਸ਼ ਦੂੰ ਜਾਂ ਸਰਕਾਰ ਕੋ ਦੋਸ਼ ਦੂੰ, ਕਿਸ ਕੋ ਦੋਸ਼ ਦੂੰ, ਕਿਉਂਕਿ ਹਮਾਰੇ ਜੈਸੇ ਔਰ ਲੋਕ ਘਰ ਬੈਠੇ ਵੋ ਵੀ ਫਰਸਟ੍ਰੇਟ ਹੋ ਰਹੇ ਹੈ, ਜਿਨਕੋ ਰੋਟੀਆਂ ਨਹੀਂ ਮਿਲ ਰਹੀ ਵੋ ਵੀ ਫਰਸਟ੍ਰੇਟ ਹੋ ਰਹੇ ਹੈ, ਕਾਮ ਬੰਦ ਹੋ ਰੱਖੇ ਹੈ, ਜੋ ਪੈਸੇ ਨਹੀਂ ਕਮਾ ਪਾ ਰਹੇ ਵੋ ਵੀ ਫਰਸਟ੍ਰੇਟ ਹੋ ਰਹੇ ਹੈ, ਤੋ ਮੈਂ ਕਿਸ ਕੋ ਦੋਸ਼ ਦੂੰ, ਸਰਕਾਰ ਕੋ ਦੂੰ ਜਾਂ ਬੰਦੋ ਕੋ ਦੋਸ਼ ਦੂੰ, ਕਿਉਂਕਿ ਅਭੀ ਮੈਂ ਨਿਊਜ਼ ਚਲਾਈ ਹੈ, ਇਹ ਦੇਖੋ ਅਗਰ ਆਪਕੋ ਦਿਖ ਰਿਹਾ ਤੋ ਮੁੰਬਈ ਮੈਂ ਇਤਨੀ ਸਾਰੀ ਜਨਤਾ ਸੜਕ ਪੇ ਆ ਚੁੱਕੀ ਹੈ, ਅਬ ਉਨਕੀ ਵੀ ਗਲਤੀ ਨਹੀਂ ਹੈ, ਕਿਉਂਕਿ ਉਨਕੋ ਖਾਣੇ ਕੇ ਲਈ ਕੁਛ ਮਿਲ ਨਹੀਂ ਰਿਹਾ, ਫੂਡ ਨਹੀਂ ਮਿਲ ਰਿਹਾ, ਤੋ ਉਨਕਾ ਵੀ ਦਿਮਾਗ ਖਰਾਬ ਹੋ ਗਈ, ਜੋ ਵੈਸੇ ਹੀ ਮਰ ਰਿਹਾ, ਜੋ ਬੰਦਾ ਵੈਸੇ ਹੀ ਮਰ ਰਿਹਾ, ਉਹ ਇਹੀ ਸੋਚੇਗਾ ਨਾ ਮਰੀ ਜਾਓ ਮੈਂ, ਚਾਹੇ ਕਰੋਨਾ ਸੇ ਮਰੂ, ਚਾਹੇ ਜੈਸੇ ਹੀ ਮਰੂ, ਕਿਉਂਕਿ ਭੁੱਖ ਮਰੀ 'ਚ ਵੀ ਬੰਦਾ ਮਰੀ ਰਿਹਾ, ਤੋ ਸਮਝ ਨਹੀਂ ਆ ਰਹੀ ਕਿ ਕਿਸ ਕੋ ਬੋਲਣਾ ਚਾਹੀਏ, ਸਰਕਾਰ ਕੋ ਹਮ ਦੋਸ਼ ਦੇ ਜਾਂ ਬੰਦੋ ਕੋ ਦੋਸ਼ ਦੇ, ਸਭ ਕੀ ਆਪਣੀ ਉਹ ਹੈ। ਪਤਾ ਕਹਤੇ ਨਾ ਇੰਡੀਆ ਮੈਂ ਕਹਤੇ, ਮੇਰੇ ਸੇ ਬਕਵਾਸ ਨਾ ਕਰ, ਲੇਟ ਕੇ ਮੈਂ ਤੇਰੇ ਮੂੰਹ ਮੈਂ ਕੀੜੇ ਪਾ ਦੂੰਗਾ, ਤੈਨੂੰ ਕੀੜੇ ਚਿਮੜਨ, ਸਭ ਚਿਮੜਨ। ਪਤਾ ਇੱਕ ਚੀਜ਼ ਹੋਰ ਕਰਨੀ ਚਾਹੀਏ, ਚਾਈਨਾ ਵਾਲੋ ਕੋ ਨਾ ਇਹ ਨਹੀਂ ਬੋਲਣਾ ਚਾਹੀਏ ਤੈਨੂੰ ਕੀੜੇ ਚਿਮੜਨ, ਸਭ ਚਿਮੜਨ, ਉਹਨਾਂ ਦੀ ਤਾਂ ਪਾਰਟੀ ਹੋ ਜਾਏਗੀ ਨਾ, ਉਹਨਾਂ ਕੋ ਲਿਟਾ ਕੇ ਸਾਨੂੰ ਕੋ ਹਰੀ ਸਬਜ਼ੀਆਂ ਖਿਲਾਣੀ ਚਾਹੀਏ, ਤਬ ਜਾ ਕੇ ਸਿੱਧੇ ਹੋਏ, ਮੂੰਹ ਮੈਂ ਖੋਲ ਖੋਲ ਕੇ ਐਸੇ ਹਰੀ ਸਬਜ਼ੀਆਂ ਪਾਣੀ ਚਾਹੀਏ, ਅਗਲੀ ਵਾਰ ਸੇ ਗਲਤੀ ਤੋਂ ਨਹੀਂ ਕਰੇਗੇ ਨਾ, ਸਭ ਕੋ ਭੁਗਤ ਨਹੀਂ ਪੜ ਰਹੀ ਹੈ ਉਨਕੀ ਗਲਤੀਆਂ। ਪਤਾ ਸਬਜ਼ੀਓ ਕੇ ਸਾਥ ਨਾ ਉਹਨੇ ਮੂੰਹ ਮੈਂ ਡਾਲੋ, ਸੜੋ ਵੋ ਬੈਂਗਨ, ਇਤਨੇ ਸਾਲੇ ਸਾਪ ਕੀ ਤਰ੍ਹਾਂ ਕੈਂਚੀ ਹੋਤਾ, ਐਸੇ ਸਿਰ ਐਸੇ ਐਸੇ ਖਾ ਜਾਏਗੇ, ਚੌਮਿਨ ਵੀ ਖਤਮ ਹੋ ਜਾਏਗੀ ਸਾਰੀ। ਬੋਏਕੋਟ ਬੋਏਕੋਟ ਕਰ ਦੋ ਬਾਈ, ਗੁੱਸਾ, ਇਤਨਾ ਗੁੱਸਾ।
मिर्चा पा दो हमारी माता कहती थी ना तू गाली कटेगा तेरे मुंह में लाल मिर्चा पा दूंगी, तुम्हारे मुंह में लाल मिर्च हरी मिर्च सारी मिर्चे पा दूंगा मैं जे तुसी हुण सब सुप खादा ते। मैं कहना अग ला दूंगा मैं, बर्दाश्त तो बाहर हो गया अज तक, आज लास्ट डे होना था लॉकडाउन का, लास्ट डे कल से खुल जाना था, पर नहीं इन्होंने सप खाना है। गाली हम दे नहीं सकते इस वीडियो में, एडल्ट लग जाएगा, ये तो बंदा इस टाइम भरा हुआ है, भरा हुआ हर बंदा भरा हुआ है इस टाइम। मैं कहता हूँ यहीं पे अपने छत पे खड़ो के सारे गाली निकाले ना, चाइना वैसे ही बहरा हो जाएगा। पहले पापा ना इधर लेटे हुए थे, फिर पापा ने फेसबुक पे चेक इन डाला, लेटिंग द लेफ्ट साइड ऑफ सोफा फोर अदर्स, अब इधर लेट गए हैं पुट्ठी साइड, मतलब कोई काम है आपको, पहले उधर लेट गए फिर इधर लेट गए, होता है बेवकूफ सोफे पासा नहीं पड़ता, उधर पड़ गए उधर पासा हो गया, उधर पड़ा इधर पासा हो गया, अब फिर चेक इन डालेंगे लेटिंग द राइट साइड ऑफ सोफा विद फोर अदर्स, क्या करें नाच नाच, वाह क्या बात है नाच, मेरी बुलबुल के पैसा मिलेगा नाच। मुझे गेम तो मिली है GTA 4 गेरी मेरी GTA 4 पर माई ने इतना बड़ा मैप दिया है साइड में, जैसे मैं इनकी न्यूयॉर्क सिटी में जाने वाला हूँ और इनका चप्पा चप्पा छान मारूंगा। वाह वाह क्या बात है, क्या बात है मोदी जी, ये मैप देख के ही मैं न्यूयॉर्क की सड़कें याद कर लूँगा, क्योंकि अभी तो कहीं बाहर जा नहीं सकते। हाँ जी, तो अभी मैंने GTA 5 खेली तो मेरे को अपने अंदर का ना एक और टैलेंट पता चला आज कि आई एम वेरी बैड इन PS3 GTA 5 GTA 4 है, मेरे पास 5 नहीं है, मतलब एक भी मिशन नहीं कर पाया मैं। वैसे बहुत ज़्यादा मैंने नीड फॉर स्पीड मोस्ट वांटेड वगैरह सारी खेली है, सारी पूरी करी है, मे बी मेरे पास पूरा PS3 का वो कंट्रोलर मतलब जैसे गेमिंग सेटअप होता ना वैसा नहीं है, तभी मैं अच्छा नहीं कर पा रहा। वैसे आई एम वेरी गुड, देखो ऐसे अपने आप को कवर अप करते हैं, नाना मैं सच्ची बड़ा अच्छा हूँ, बट मेरे को लगता है ये इसमें कि इसमें ना ढंग से गाड़ी भी नहीं चल रही, तो मैं जब पूरा अपना गेमिंग सेटअप बनाऊँगा तब शायद हो जाए, जे मैं बनाऊँगा कभी गेमिंग सेटअप जे रब ने चाहा। तो एक बात और, मेरे जैसे लोगों को ना आज और लोगों का भी बड़ा मूड ख़राब होगा क्योंकि लॉकडाउन एक्सटेंड हो गया, मेरा भी बड़ा मूड ख़राब है, बट कोई ना आई एम ट्राइंग टू मेक यू गाइस हैप्पी, चाहे अंदर से मूड ख़राब है, एक वो है ना कोट है फेक इट अंटिल यू मेक इट, चाहे मन नहीं है बट मेरा काम है थानू सब नू हसाना, तो कोई चक्कर नहीं आप एवं हसाते रहेंगे, थानू अगे भी हसाते रहेंगे। तो अज का व्लॉग करते हैं आप एंड, फिर मिलता थोड़ा नैक्सट व्लॉग से, टिल दिन बाय बाय, टेक केयर, लव यू।